ਫਗਵਾੜਾ ਵਿਖੇ ਵਾਪਰ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕਾਂਛੀ ਨਗਰ ਮੁੱਖ ਜੀਟੀ ਰੋਡ ਫਗਵਾੜਾ ਵਿਖੇ ਵਾਪਰਿਆ ਹੈ, ਜਿੱਥੇ ਕਿ ਟਮਾਟਰਾਂ ਨਾਲ ਭਰੇ ਕੈਂਟਰ ਨੂੰ ਜਦੋਂ ਡਰਾਈਵਰ ਮੁੜ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਮੋਟਰਸਾਈਕਲ ਕੈਂਟਰ ਹੇਠਾਂ ਜਾ ਵੜਿਆ, ਜਿਸ ਨਾਲ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਕੈਂਟਰ ਵਿੱਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਜਿੱਦਾਂ ਹੀ ਹਾਦਸਾ ਵਾਪਰਿਆ ਉਹਨਾਂ ਵੱਲੋਂ ਤੁਰੰਤ ਹੀ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਦੌਰਾਨ ਇਲਾਜ ਮੌਤ ਹੋ ਗਈ। ਸਰ, ਮੇਰਾ ਨਾਮ ਰੋਹਿਤ ਹੈ ਜੀ। ਹਾਂਜੀ ਰੋਹਿਤ ਜੀ, ਕਿੱਥੇ ਰਹਿਣ ਵਾਲੇ ਆਪਾਂ? ਹਾਂਜੀ, ਮੈਂ ਸਰ ਗੁਰੂਵਾਰ ਸਾਹਿਬ ਡਿਸਟ੍ਰਿਕਟ ਫਿਰੋਜ਼ਪੁਰ ਪੰਜਾਬ, ਅਤੇ ਇਹ ਜਿਹੜਾ ਐਕਸੀਡੈਂਟ ਹੋਇਆ, ਮਤਲਬ ਕਿ ਜਿਵੇਂ ਡਰਾਈਵਰ ਚਲਾ ਗਿਆ ਤਾਂ ਅਸੀਂ ਮਤਲਬ ਕਿ ਨਾਲ ਨਾਲ ਭੱਜਣ ਵਾਲਾ ਉਹ ਕੰਮ ਨਹੀਂ ਕੀਤਾ ਅਸੀਂ, ਠੀਕ ਹੈ। ਅਸੀਂ ਨਾਲ ਨਾਲ ਆਟੋ ਰਿਕਸ਼ਾ ਉਹਨਾਂ ਨੇ ਰੋਕਿਆ, ਠੀਕ ਹੈ, ਅਤੇ ਅਸੀਂ ਉਹਨਾਂ ਮਤਲਬ ਜਿਵੇਂ ਜਿਹੜੀ ਬੋਡੀ ਸੀਗੀ ਉਹਨਾਂ ਨੂੰ ਅਸੀਂ ਨਾਲ ਨਾਲ ਲੈ ਕੇ, ਉਹਨਾਂ ਦੇ ਸਾਹ ਚੱਲਦੇ ਸੀਗੇ, ਲੋਕ ਫੋਟੋਆਂ ਵਗੈਰਾ ਕਰ ਰਹੇ ਸੀ, ਬਾਕੀ ਅਸੀਂ ਹੁਣ ਇੱਥੇ ਲੈ ਕੇ ਆਏ ਹਾਂ। ਇੱਥੋਂ ਵੀ ਨਾਲੋਂ ਨਾਲ ਮਤਲਬ ਕਿ ਜਿੱਦਾਂ ਮਤਲਬ ਕਿ ਤੁਸੀਂ ਇਹ ਮਤਲਬ ਲੈ ਕੇ ਆਏ ਐਕਸੀਡੈਂਟ ਹੋਇਆ ਵਾ, ਹਾਂਜੀ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ? ਲੋਕਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਮਤਲਬ ਕੋਈ ਵੀ ਇੱਦਾਂ ਦਾ ਹਾਦਸਾ, ਚਲੋ ਸੜਕ 'ਤੇ ਹੁੰਦਾ ਕੋਈ ਵੀ ਕਿਸੇ ਵੀ ਜਗ੍ਹਾ 'ਤੇ, ਤਾਂ ਇਨਸਾਨੀਅਤ ਦੇ ਨਾਤੇ ਪਹਿਲਾਂ ਤੁਸੀਂ ਉਹ ਆਪਦਾ ਕੰਮ ਕਰੋ ਜਿਹਦੇ ਨਾਲ ਕਿਸੇ ਜ਼ਿੰਦਗੀ ਬਚ ਸਕੇ, ਠੀਕ ਹੈ ਨਾ। ਇੱਕ ਕੋਈ ਫੋਟੋ ਮਾਰਨ ਨਾਲ ਜਾਂ ਇੱਦਾਂ ਕੁਝ ਮਤਲਬ ਕਿ ਹੋ ਨਹੀਂ ਜਾਂਦਾ, ਲੋਕ ਮਤਲਬ ਕਿ ਗਲਤ ਕਰਦੇ ਆ ਜੋ ਵੀ ਇਹ ਚੀਜ਼ਾਂ, ਠੀਕ ਹੈ। ਤਾਂ ਮੈਂ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਵੀ ਚਲੋ ਜੇ ਕੋਈ ਵੀ ਇੱਦਾਂ ਦੀ ਘਟਨਾ ਵਾਪਰਦੀ ਹੈ ਰੋਡ 'ਤੇ ਜਾਂ ਕਿੱਦਾਂ ਵੀ, ਤਾਂ ਪਹਿਲਾਂ ਆਪਦੀ ਇਨਸਾਨੀਅਤ ਦੇ ਨਾਤੇ ਤੁਸੀਂ ਮਤਲਬ ਕਿ ਉਹਦੀ ਵੀ ਕੋਸ਼ਿਸ਼ ਕਰੋ ਵੀ ਉਹ ਬੰਦਾ ਬਚ ਜਾਵੇ, ਜੇ ਕੁਝ ਵੀ ਹੈ, ਠੀਕ ਹੈ, ਉਹਨੂੰ ਪਹਿਲਾਂ ਹੋਸਪਿਟਲ ਪਹੁੰਚਾਇਆ ਜਾਵੇ, ਬਾਕੀ ਕੰਮ ਸਾਰੇ ਬਾਅਦ ਦਿੰਦੇ। ਅਰੁਣ ਜੀ, ਹਾਂਜੀ, ਐਕਸੀਡੈਂਟ ਹੋਇਆ ਕਿੱਦਾਂ ਹੈ? ਇਹ ਜੀ, ਡਰਾਈਵਰ ਗੱਡੀ ਮੋੜ ਰਿਹਾ ਸੀਗਾ ਜੀ, ਅਤੇ ਅਚਾਨਕ ਪਿੱਛੋਂ ਬਹੁਤ ਤੇਜ਼ ਸਪੀਡ 'ਤੇ ਮੋਟਰਸਾਈਕਲ ਆਇਆ, ਉਹ ਮੋਟਰਸਾਈਕਲ ਗੱਡੀ ਦੇ ਵਿੱਚ ਵੱਜਿਆ, ਉਹ ਵਿੱਚ ਵੱਜਣ ਕਰਕੇ ਮੈਂ ਅੱਗੇ ਬੈਠਾ ਬੰਦੇ ਦਾ ਹੈਲਮਟ ਮੁੜਦਾ ਵੇਖ ਲਿਆ, ਅਤੇ ਮੈਂ ਉਦੋਂ ਹੀ ਕਹਿਤਾ, ਮੈਂ ਕਿਹਾ ਪੰਗਾ ਪੈ ਗਈ। ਮੈਂ ਥੱਲੇ ਉਤਰਿਆ ਅਤੇ ਮੈਂ ਵੇਖਿਆ ਬੰਦਾ ਥੱਲੇ ਆਇਆ ਪਿਆ, ਜਿਹਨਾਂ ਨੂੰ ਮੈਂ ਬਾਰੀ ਖੋਲ੍ਹ ਕੇ ਉਹਨੂੰ ਦੱਸਿਆ ਅਤੇ ਪਰਲੀ ਬਾਰੀ ਖੁੱਲ੍ਹੀ ਹੋਈ ਸੀ, ਡਰਾਈਵਰ ਫਰਾਰ ਹੋ ਗਿਆ ਸੀਗਾ। ਡਰਾਈਵਰ ਦਾ ਨਾਂ ਕੀ ਹੈ, ਕਿੱਥੋਂ ਗੱਡੀ ਲੈ ਕੇ ਆ ਰਹੇ? ਗੁਰੂ ਸਾਹਿਬ ਦਾ ਜੀ, ਆਦਰਸ਼ ਨਗਰ ਹੈ ਜੀ, ਮੇਰੇ ਮੁਹੱਲੇ ਦਾ ਹੈ ਜੀ, ਸੰਦੀਪ ਹੁੰਦਾ ਨਾਂ ਹੈ ਜੀ। ਕਿੱਥੇ ਦਾ ਰਹਿਣ ਵਾਲੇ? ਗੁਰੂ ਰਸਾਏ ਜੀ, ਫਿਰੋਜ਼ਪੁਰ ਤੋਂ ਹੈਗਾ 40 ਕਿਲੋਮੀਟਰ ਅੱਗੇ ਜੀ। ਜਾਣਾ ਕਿੱਥੇ ਸੀ ਤੁਸੀਂ? ਅਤੇ ਇੱਧਰ ਹੀ ਸਾਈਡ ਜਿਹੜਾ ਟਾਲੀ ਵਾਲਾ ਪੈਂਦਾ ਜਿਹੜਾ ਹਿਮਾਚਲ, ਉੱਥੇ ਟਮਾਟਰ ਲੈ ਕੇ ਜਾਣੇ ਸੀਗੇ ਜੀ। ਇਹ ਕਿੰਨੇ ਕੁ ਵਜੇ ਹੋਇਆ? ਇਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ। ਅਤੇ ਬੰਦਾ ਕੋਈ ਪਤਾ ਲੱਗ ਕਿੱਥੇ ਦਾ? ਹਾਂਜੀ, ਵਿਅਕਤੀ ਪਤਾ ਨਹੀਂ ਲੱਗਾ ਕਿੱਥੇ ਦਾ ਇਹ ਰਹਿਣ ਵਾਲਾ, ਡੈਥ ਹੋਈ ਹੈ? ਨਹੀਂ, ਇਹ ਨਾ ਹੀ ਪਤਾ ਜੀ, ਕੌਣ ਹੈ ਜੀ, ਕੌਣ ਨਹੀਂ ਹੈਗਾ ਜੀ। ਇਹਦੇ ਸਾਹ ਚੱਲ ਰਹੇ ਸੀ ਅਤੇ ਮੈਂ ਆਟੋ ਵਾਲੇ ਨੂੰ ਰੋਕ ਕੇ, ਨਾਲ ਮੇਰੇ ਸਾਥੀ ਇੱਕ ਹੋਰ ਹੈਗਾ ਜੀ, ਉਹਨੂੰ ਲੈ ਕੇ ਅਤੇ ਮੈਨੂੰ ਲੈ ਕੇ ਇੱਥੇ ਆ ਗਿਆ ਜੀ। ਇੱਥੇ ਲੈ ਕੇ ਆਉਂਦੇ ਉਦੋਂ ਵੀ ਸਾਹ ਚੱਲ ਰਹੇ ਸੀ, ਡਰਾਈਵਰ ਫਰਾਰ ਹੋ ਗਿਆ। ਡਰਾਈਵਰ ਫਰਾਰ ਹੋ ਗਿਆ ਜੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਉੱਤਮ ਚੰਦ ਵਾਸੀ ਲੁਧਿਆਣਾ ਵਜੋਂ ਹੋਈ ਹੈ। ਫਿਲਹਾਲ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ SSF ਫਗਵਾੜਾ ਦੇ ਪੁਲਿਸ ਅਧਿਕਾਰੀ ASI ਬਲਜੀਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਜੋ ਵੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ। ਕੀ ਮਾਮਲਾ, ਕੀ ਜਿਹੜਾ ਇੱਕ ਐਕਸੀਡੈਂਟ ਹੋਇਆ? ਮੈਂ ਇੱਥੇ ਬਲਜੀਤ ਰਾਮ SSF ਡਿਊਟੀ ਆ, ਲੱਕੀ ਢਾਬੇ ਤੋਂ ਚਡਾੜੀ ਤੱਕ। ਸਾਨੂੰ ਇਹ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ ਵੀ ਕਾਂਛੀ ਨਗਰ ਗੁਰਦਾ ਸਾਹਿਬ ਮੋਰੀ ਜਾ ਕੇ ਦੇਖੋ ਐਕਸੀਡੈਂਟ ਹੋਇਆ। ਜਦੋਂ ਇੱਥੇ ਆਏ ਤਾਂ ਐਕਸੀਡੈਂਟ ਮੋਟਰਸਾਈਕਲ ਦਾ ਅਤੇ ਗੱਡੀ ਦਾ ਹੋਇਆ, ਅਤੇ ਮੋਟਰਸਾਈਕਲ ਵਾਲੇ ਬੰਦਾ ਇਕੱਲਾ ਸੀ, ਉਹਨੂੰ ਡਰਾਈਵਰ ਚੱਕ ਕੇ ਸਿਵਲ ਹੋਸਪਿਟਲ ਲੈ ਗਏ ਆ, ਹੁਣ ਅਸੀਂ ਸਿਵਲ ਹੋਸਪਿਟਲ ਜਾ ਰਹੇ। ਕੰਡੀਸ਼ਨ ਕਿੱਦਾਂ ਜੀ ਬੰਦੇ ਦੀ? ਹਾਲੇ ਜਾ ਕੇ ਪਤਾ ਲੱਗੂ ਜੀ, ਅਸੀਂ ਆਏ ਸਭ ਤੋਂ ਪਹਿਲਾਂ ਹੀ ਉਹ ਡਰਾਈਵਰ ਚੱਕ ਕੇ ਉਹਨੂੰ ਸਿਵਲ ਹੋਸਪਿਟਲ ਲੈ ਗਏ।